ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੀ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਠੰਡ ਚੂਬੀ ਨਾਲ ਦਰੀਆਂ ਦੇ ਫਰਸ਼ ਤੇ ਬਿਠਾ ਕੇ ਖਵਾਉਂਦੇ ਹਨ ਮਿੱਡੇ ਮੀਲ ਦਾ ਖਾਣਾ ਬੱਚਿਆਂ ਦੀ ਸੇਤ ਨਾਲ ਕੀਤਾ ਜਾ ਰਿਹਾ ਖਿਲਵਾੜ ਦੋਸਤੋ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਪੁੱਲਿਓਸੋ ਸੋਸ਼ਲ ਮੀਡੀਆ ਤੇ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓਜ਼ ਦੇਖਣ ਨੂੰ ਮਿਲ ਜਾਂਦੀਆਂ ਨੇ ਅਜਿਹੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋਗੇ ਸਰਕਾਰੀ ਸਕੂਲਾਂ ਦੇ ਵਿੱਚ ਮਿੱਡੇ ਮੀਲ ਦਾ ਖਾਣਾ ਬਣਾਇਆ ਜਾਂਦਾ ਜਿੱਥੇ ਬਹੁਤ ਸਾਰੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਸਰਕਾਰੀ ਸਕੂਲ ਦੇ ਵਿੱਚ ਬੱਚੇ ਫਰਸ਼ ਤੇ ਬੈਠ ਕੇ ਖਾਣਾ ਖਾ ਰਹੇ ਹਨ ਜਿੱਥੇ ਠੰਡ ਦੇ ਵਿੱਚ ਥੱਲੇ ਬਿਠਾ ਕੇ ਬੱਚਿਆਂ ਨੂੰ ਰੱਖਿਆ ਗਿਆ ਹੈ ਇਸੇ ਤਰ੍ਹਾਂ ਫਰਸ਼ ਦੇ ਉੱਪਰ ਬੱਚੇ ਬੈਠੇ ਹਨ ਠੰਡ ਦਾ ਮੌਸਮ ਹੈ ਪੱਤਰਕਾਰ ਉਸ ਸਕੂਲ ਚ ਜਾਂਦਾ ਜਿੱਥੇ ਸਾਰੇ ਸਕੂਲ ਦੇ ਅਧਿਆਪਕ ਉਸ ਨੂੰ ਸਵਾਲ ਕਰਦਾ ਹੈ ਕਿ ਬੱਚਿਆਂ ਦੀ ਲਈ ਬਹੁਤ ਵੱਡੀ ਅਨਗਹਿਲੀ ਕੀਤੀ ਜਾ ਰਹੀ ਹੈ ਬੱਚਿਆਂ ਦੇ ਥੱਲੇ ਬੈਠਣ ਲਈ ਕੋਈ ਚੀਜ਼ ਨਹੀਂ ਦਿੱਤੀ ਗਈ ਬੱਚਿਆਂ ਦੇ ਨਾਲ ਇਹ ਗਲਤ ਗੱਲ ਹੈ ਠੰਡੇ ਮੌਸਮ ਦੇ ਵਿੱਚ ਥੱਲੇ ਬੈਠ ਕੇ ਖਾਣਾ ਖਾ ਰਹੇ ਨੇ ਸਕੂਲ ਵਾਲਿਆਂ ਨੂੰ ਇਹ ਵੱਡੀ ਅਨਗਹਿਲੀ ਹੈ ਸਕੂਲ ਦੇ ਬੱਚਿਆਂ ਦੇ ਥੱਲੇ ਬੈਠਣ ਲਈ ਕੋਈ ਚੀਜ਼ ਨਹੀਂ ਦਿੱਤੀ